ਦੇਖਣ ਨੂੰ ਤੁਹਾਨੂੰ ਰੇਲ ਗੱਡੀ ਦਾ ਭੁਲੇਖਾ ਜ਼ਰੂਰ ਲੱਗਿਆ ਹੋਵੇਗਾ, ਪਰ ਇਹ ਕੋਈ ਰੇਲ ਗੱਡੀ ਨਹੀਂ, ਸਗੋਂ ਫਰੀਦਕੋਟ ਦੇ ਪਿੰਡ ਵਾੜਾ ਭਾਈ ਦਾ ਸਰਕਾਰੀ ਹਾਈ ਸਕੂਲ ਹੈ। ਜੀ ਹਾਂ, ਇਹ ਉਹੀ ਸਰਕਾਰੀ ਸਕੂਲ ਹੈ ਜਿਸ ਨੂੰ ਲੈ ਕੇ ਸਰਕਾਰ ਵੱਲੋਂ ਦਾਅਵੇ ਤਾਂ ਬਹੁਤ ਵੱਡੇ ਵੱਡੇ ਕੀਤੇ ਜਾਂਦੇ ਨੇ, ਪਰ ਇਹਨਾਂ ਦਾਅਵਿਆਂ ਨੂੰ ਪੂਰਾ ਕਰ ਦਿਖਾਇਆ ਹੈ ਪਿੰਡ ਦੀ ਪੰਚਾਇਤ ਦੇ ਅਧਿਆਪਕਾਂ ਨੇ। ਇਸ ਸਕੂਲ ਦੀ ਇਮਾਰਤ ਨੂੰ ਅਧਿਆਪਕ ਜਗਸੀਰ ਸਿੰਘ ਦੇ ਯਤਨਾਂ ਨਾਲ ਇੱਕ ਰੇਲ ਗੱਡੀ ਦੀ ਦਿੱਖ ਪ੍ਰਦਾਨ ਕੀਤੀ ਗਈ ਹੈ, ਜਿਸ ਨੂੰ ਵਾੜਾ ਭਾਈ ਐਕਸਪ੍ਰੈਸ ਦਾ ਨਾਮ ਵੀ ਦਿੱਤਾ ਗਿਆ ਹੈ। ਇਸ ਇਮਾਰਤ 'ਚ 7 ਕਮਰੇ ਹਨ, ਜਿਨ੍ਹਾਂ ਨੂੰ ਡੱਬਿਆਂ ਦੀ ਦਿੱਖ ਦੇ ਕੇ ਬਕਾਇਦਾ ਨੰਬਰਿੰਗ ਵੀ ਦਿੱਤੀ ਗਈ ਹੈ। ਇਸ ਸਕੂਲ ਵਿੱਚ 175 ਵਿਦਿਆਰਥੀ ਅਤੇ 16 ਦੇ ਕਰੀਬ ਸਟਾਫ ਹੈ। ਅਧਿਆਪਕ ਜਗਸੀਰ ਸਿੰਘ ਦਾ ਕਹਿਣਾ ਹੈ ਕਿ ਉਹ ਪੰਚਾਇਤ ਦੇ ਸਹਿਯੋਗ ਨਾਲ ਇਸ ਸਕੂਲ ਵਿੱਚ ਪਾਰਕ ਬਣਾ ਰਹੇ ਨੇ ਤਾਂ ਜੋ ਸਕੂਲ ਨੂੰ ਵਧੀਆ ਦਿੱਖ ਦੇ ਸਕੇ। ਇਸ ਪਿੰਡ ਵਿੱਚ ਵਾੜਾ ਭਾਈ ਕਾ ਪਿੰਡ ਵਿੱਚ ਨਾ ਹੀ ਤਾਂ ਸਟੇਸ਼ਨ ਹੈ ਅਤੇ ਨਾ ਹੀ ਆਉਣ ਵਾਲੇ ਦਸ਼ਕਾਂ ਵਿੱਚ ਬਣਨ ਦੀ ਸੰਭਾਵਨਾ ਹੈ, ਪਰ ਮੈਂ ਮਹਿਸੂਸ ਕੀਤਾ ਜੇ ਪਿੰਡ ਦੇ ਸਕੂਲ ਨੂੰ ਰੇਲ ਗੱਡੀ ਦਾ ਆਕਾਰ ਦੇ ਦਿੱਤਾ ਜਾਵੇ ਤਾਂ ਇਸ ਵਿੱਚ ਬੈਠ ਕੇ ਬੱਚੇ ਉਹ ਮੰਜ਼ਿਲਾਂ ਵੀ ਪ੍ਰਾਪਤ ਕਰ ਲੈਣਗੇ ਜਿਹੜੀ ਅਸੀਂ ਹਕੀਕੀ ਰੇਲ ਵਿੱਚ ਬਹਿ ਕੇ ਵੀ ਪ੍ਰਾਪਤ ਨਹੀਂ ਕਰ ਸਕਦੇ। ਇਸ ਸਕੂਲ ਦੇ ਵਿੱਚ ਇਸ ਬਰਾਂਡੇ ਦੇ ਵਿੱਚ 7 ਕਮਰੇ ਹੈ, ਉਹਨਾਂ ਨੂੰ S1 S2 ਇਸ ਤਰ੍ਹਾਂ S7 ਤੱਕ ਅਸੀਂ ਉਹਨਾਂ ਨੂੰ ਸਲੀਪਰ ਕਲਾਸ ਦਾ ਨਾਮ ਦਿੱਤਾ ਹੋਇਆ। ਫਿਰ ਜੋ ਜੀ ਟ੍ਰੇਨ ਹੈ ਜੀ ਮੈਸੇਜ ਕਨਵੇ ਕਰਤੀ ਹੈ ਕਿ ਜੈਸੇ ਹਮ ਇੱਕ ਟ੍ਰੇਨ ਮੇਂ ਬੈਠ ਕਰ ਇੱਕ ਡੈਸਟੀਨੇਸ਼ਨ ਮੇਂ ਪਹੁੰਚਤੇ ਹੈ, ਐਸੇ ਬੱਚੇ ਆਪਣੀ ਜ਼ਿੰਦਗੀ ਮੇਂ ਮਿਹਨਤ ਕਰਕੇ ਆਪਣੀ ਜ਼ਿੰਦਗੀ ਕੀ ਡੈਸਟੀਨੇਸ਼ਨ ਮੇਂ ਪਹੁੰਚੇ, ਇਹ ਮੈਸੇਜ ਕਨਵੇ ਕਰਤੀ ਹੈ। ਬਾਕੀ ਬੱਚੋਂ ਕੋ ਬੜਾ ਹੀ ਖੁਸ਼ਗਵਾਰ ਮਾਹੌਲ ਮਿਲਾ ਹੁਆ ਹੈ, ਵਾਤਾਵਰਨ ਮਿਲਾ ਹੁਆ ਹੈ, ਔਰ ਡਿਫਰੈਂਟ ਲੁੱਕ ਵੀ ਇਸਕੀ ਹੈ, ਔਰ ਹਮਾਰਾ ਜੇ ਮੋਟਿਵ ਹੈ ਕਿ ਜ਼ਿਆਦਾ ਸੇ ਜ਼ਿਆਦਾ ਬੱਚੇ ਐਨਰੋਲਡ ਹੋ ਇਸ ਸਕੂਲ ਮੇਂ। ਸਕੂਲ ਦੀ ਰੇਲ ਗੱਡੀ ਵਾਲੀ ਦਿੱਖ ਨਾਲ ਬੱਚਿਆਂ 'ਚ ਸਿੱਖਿਆ ਦੇ ਪ੍ਰਤੀ ਤੇ ਸਕੂਲ ਆਉਣ ਦੀ ਰੁਚੀ ਹੋਰ ਵੀ ਵੱਧ ਗਈ ਹੈ ਅਤੇ ਬੱਚੇ ਇਸ ਰੇਲ ਗੱਡੀ 'ਚ ਬੈਠ ਕੇ ਜ਼ਿੰਦਗੀ 'ਚ ਸਫਲਤਾ ਦੇ ਰਸਤੇ ਤੈਅ ਕਰਨ ਦੇ ਸੁਪਨੇ ਦੇਖ ਰਹੇ ਨੇ। ਰੇਲ ਗੱਡੀ ਨਹੀਂ, ਇਹ ਸਾਡੇ ਸੁਪਨਿਆਂ ਨੂੰ ਸਾਕਾਰ ਕਰਨ ਵਾਲੀ ਰੇਲ ਗੱਡੀ ਆ। ਇਹ ਇਕੱਲੀ ਰੇਲ ਗੱਡੀ ਨਹੀਂ ਹੈਗੀ, ਅਸੀਂ ਇਹਨਾਂ 'ਤੇ ਚੜ੍ਹ ਕੇ ਆਪਣੇ ਸੁਪਨਿਆਂ ਨੂੰ ਸਾਕਾਰ ਕਰਨਾ ਹੈਗਾ ਅਤੇ ਸਾਡੇ ਮਾਂ ਬਾਪ ਦਾ ਅਤੇ ਟੀਚਰਾਂ ਦਾ ਨਾਮ ਰੋਸ਼ਨ ਕਰਨਾ। ਹਮਾਰੇ ਸਕੂਲ ਮੇਂ ਇੱਕ ਰੇਲ ਗੱਡੀ ਬਣ ਚੁੱਕੀ ਹੈ, ਜੋ ਕਿ ਜਿਸਕੋ ਦੇਖ ਕਰ ਹਮੇਂ ਬਹੁਤ ਖੁਸ਼ੀ ਹੋਤੀ ਹੈ, ਔਰ ਉਸਕੋ ਔਰ ਸਕੂਲ ਆਨੇ ਕੇ ਲੀਏ ਹਮੇਂ ਮਨ ਕਰਤਾ ਹੈ। ਲੋੜ ਹੈ ਬਾਕੀ ਪਿੰਡਾਂ ਦੀ ਪੰਚਾਇਤਾਂ ਅਤੇ ਸਕੂਲ ਦੇ ਅਧਿਆਪਕਾਂ ਨੂੰ ਸੋਧ ਲੈਣ ਦੀ। ਬਿਊਰੋ ਰਿਪੋਰਟ, ਬੁਲੰਦ ਟੀਵੀ।